ਸੋਚ ਨਵਾਇਆ ਗਾਸ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼ ਹੰਕਾਰ ਦੀਆਂ ਚਾਲਬਾਜ਼ੀਆਂ ਤੋਂ ਬਚ ਕੇ ਰਹਿਣਾ ਸਾਵਧਾਨ ਰਹਿਣਾ ਅਹੰਕਾਰ ਦੀਆਂ ਚਾਲਬਾਜ਼ੀਆਂ ਤੋਂ ਅਹੰਕਾਰ ਅੰਤ ਤੱਕ ਬੰਦੇ ਦਾ ਪਿੱਛਾ ਨਹੀਂ ਛੱਡਦਾ ਅਹੰਕਾਰ ਇਕੱਲਾ ਧਨ ਨਾਲ ਨਹੀਂ ਇਹ ਆਕੜਦਾ ਕਿ ਅਹੰਕਾਰ ਆ ਗਿਆ ਬੰਦਾ ਧਨ ਆ ਗਿਆ ਅਹੰਕਾਰ ਨਾਲ ਆਕੜ ਗਿਆ ਇਕੱਲਾ ਧਨ ਨਾਲ ਨਹੀਂ ਆਕੜਦਾ ਇਕੱਲਾ ਅਹੁਦੇ ਨਾਲ ਨਹੀਂ ਆਕੜਦਾ ਪਿਆਰੇ ਉਹ ਕਈ ਵਾਰੀ ਇਹ ਅਰਦਾਸ ਕਰਕੇ ਵੀ ਆਕੜ ਜਾਂਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਵੇਖਿਆ ਮੈਂ ਅਰਦਾਸ ਕੀਤੀ ਤੇ ਮੇਰੀ ਅਰਦਾਸ ਪੂਰੀ ਹੋ ਗਈ ਹੈ ਹਾਂਜੀ ਕੀਤੀ ਤੇ ਅਰਦਾਸ ਪਰ ਅਰਦਾਸ ਨੇ ਵੀ ਅੰਦਰ ਅਹੰਕਾਰ ਪੈਦਾ ਕਰ ਦਿੱਤਾ ਇਹ ਪਿਆਰੇ ਉਹ ਕਈ ਵਾਰੀ ਧਿਆਨ ਦੇ ਵਿੱਚ ਜੁੜਨ ਨਾਲ ਵੀ ਆਕੜ ਜਾਂਦਾ ਬੰਦਾ ਮਨ ਆਕੜ ਜਾਂਦਾ ਮੈਂ ਇੰਨੇ ਘੰਟੇ ਸਿਮਰਨ ਕਰਦਾ ਵਾਂ ਮੈਂ ਇੰਨੇ ਘੰਟੇ ਬੰਦਗੀ ਕਰਦਾ ਮੈਂ ਇੰਨੇ ਘੰਟੇ ਕੀਰਤਨ ਕਰਦਾ ਇੰਨੇ ਘੰਟੇ ਬਹਿ ਕੇ ਸੁਣਦਾ ਵਾਂ ਹਾਂਜੀ ਫਿਰ ਵੀ ਅੰਦਰ ਆਕੜ ਆ ਗਈ ਵੇਖਿਆ ਮੇਰੇ ਵਰਗਾ ਹੈ ਹੀ ਕੋਈ ਨਹੀਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਔਰ ਜਿੱਥੇ ਅਹੰਕਾਰ ਆਉਂਦਾ ਨਾ ਉੱਥੇ ਪਰਮੇਸ਼ਰ ਜੀ ਦੇ ਸਾਰੇ ਦੁਆਰ ਬੰਦ ਹੋ ਜਾਂਦੇ ਨੇ ਸਾਰੇ ਦੁਆਰ ਸਾਰੇ ਬੂਹੇ ਬੰਦ ਹੋ ਗਏ ਤੇ ਪਿਆਰਿਓ ਅਸੀਂ ਤੁਸੀਂ ਜਿੰਨੇ ਵੀ ਹਨ ਜਦੋਂ ਅਹੰਕਾਰ ਕਰਦੇ ਹਾਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜਿਹੜੀ ਜੜ ਲੱਗ ਰਹੀ ਹੁੰਦੀ ਹੈ ਨਾ ਉਹ ਜੜ ਵੀ ਪੱਟੀ ਜਾਂਦੀ ਹੈ ਇਹ ਮੇਰੀ ਬੇਨਤੀ ਹੈ ਬੇਨਤੀ ਜਿੰਨਾ ਵੀ ਹੋ ਸਕੇ ਅਹੰਕਾਰ ਤੋਂ ਹਉਮੈ ਤੋਂ ਈਗੋ ਤੋਂ ਬਚ ਕੇ ਰਹੀਏ ਜੀ ਮਹਾਰਾਜ ਨੇ ਬਾਣੀ 'ਚ ਵੀ ਕਿਹਾ ਨਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਅੱਜ ਬਾਬਾ ਨਾਮਦੇਵ ਜੀ ਦਾ ਵੀ ਜਨਮ ਦਿਹਾੜਾ ਹੈ ਸੁਣਿਓ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇਹ ਮੇਰੀ ਬੇਨਤੀ ਹੈ ਅੰਦਰ ਕਿਸੇ ਵੀ ਗੱਲ ਦਾ ਗੁਮਾਨ ਨਾ ਆਵੇ ਕਿਸੇ ਵੀ ਗੱਲ ਦਾ ਧਨ ਦੌਲਤ ਦਾ ਵੀ ਨਾ ਆਵੇ ਅਹੁਦਿਆਂ ਦਾ ਵੀ ਨਾ ਆਵੇ ਰੂਪ ਰੰਗ ਦਾ ਵੀ ਨਾ ਆਵੇ ਉੱਚੀ ਜਾਤ ਕੁੱਲ ਦਾ ਵੀ ਨਾ ਆਵੇ ਤੇ ਸੱਚਾਈ ਏ ਤੇਰੀ ਕੀਤੀ ਬੰਦਗੀ ਦਾ ਵੀ ਤੇਰੇ ਅੰਦਰ ਅਹੰਕਾਰ ਨਾ ਆਵੇ ਜਿਉਂ ਜਿਉਂ ਗੁਰੂ ਸਾਹਿਬ ਤੈਨੂੰ ਭਾਗ ਲਾਈ ਜਾਣ ਤਿਉਂ ਤਿਉਂ ਅੰਦਰੋਂ ਝੁਕਦਾ ਜਾ ਤੇ ਇੰਨੀ ਗੱਲ ਕਹਿ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਸਾਰੇ ਕਹੋ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਹਰ ਵੇਲੇ ਸ਼ੁਕਰਾਨਿਆਂ ਦੇ ਵਿੱਚ ਭਿੱਜਾ ਰਹੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇੱਕ ਗੱਲ ਨਹੀਂ ਭੁੱਲਣੀ ਕਿ ਸਾਡੇ ਕਰਕੇ ਪਰਮਾਤਮਾ ਨਹੀਂ ਪਰਮਾਤਮਾ ਦੇ ਕਰਕੇ ਅਸੀਂ ਹਾਂ ਸਾਡੇ ਕਰਕੇ ਗੁਰੂ ਰਾਮਦਾਸ ਨਹੀਂ ਬਾਬਾ ਦੀਪ ਸਿੰਘ ਨੇ ਅਸੀਂ ਕਹੀਏ ਜੀ ਅਸੀਂ ਵੇਖਿਆ ਕਿੰਨੀ ਜੈ ਜੈਕਾਰ ਬਾਬਾ ਦੀਪ ਸਿੰਘ ਦੀ ਕਰਦੇ ਹਾਂ ਮੇਰੇ ਵਰਗੇ ਮਾਣ ਕਰੀ ਜਾਣ ਗੁਰੂ ਰਾਮਦਾਸ ਦਾ ਨਾਮ ਅਸੀਂ ਕਿੰਨਾ ਲੈਂਦੇ ਅਸੀਂ ਜੈ ਜੈਕਾਰ ਕਰਾ ਰਹੇ ਉਹ ਨਹੀਂ ਸਾਡੇ ਕਰਕੇ ਪਰਮੇਸ਼ਰ ਨਹੀਂ ਪਰਮੇਸ਼ਰ ਦੇ ਕਰਕੇ ਅਸੀਂ ਹਾਂ ਇਹ ਤੇ ਸ਼ੁਕਰਾਨਾ ਹੈ ਕਰੋੜਾਂ ਦੀ ਦੁਨੀਆਂ ਦੇ ਵਿੱਚ ਉਹਨਾਂ ਨੇ ਸਾਡੇ ਗਰੀਬਾਂ ਨੂੰ ਚੁਣ ਲਿਆ ਇਹ ਤੇ ਉਹਨਾਂ ਦਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਸਾਨੂੰ ਚੁਣਿਆ ਹੈ ਹਾਂਜੀ
ਬੰਦੇ ਦਾ ਕਾਹਦਾ ਮਾਣ, ਇਹ ਸਰੀਰ ਦਾ ਕਾਹਦਾ ਮਾਣ। ਇਹ ਤੇ ਮਾਣ ਉਹਦੇ ਉੱਤੇ ਪਿਆਰ ਵਾਲਾ ਹੋਇਆ ਜਿਹਨੇ ਸਾਨੂੰ ਚੁਣ ਲਿਆ ਤੇ ਬਸ ਜਿਹਨੇ ਚੁਣਿਆ ਨਾ ਉਹਨੂੰ ਨਾ ਭੁੱਲੋ ਤੇ ਹਰ ਵੇਲੇ ਸਿਰ ਨਿਵਾ ਨਿਵਾ ਕੇ ਕਹੋ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਸਾਡੇ ਕਰਕੇ ਪਰਮੇਸ਼ਰ ਨਹੀਂ, ਪਰਮੇਸ਼ਰ ਦੇ ਕਰਕੇ ਅਸੀਂ ਹਾਂ। ਆਹੀ ਚੀਜ਼ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਭੁੱਲ ਗਏ ਸੀ। ਜਦੋਂ ਭੁੱਲੇ ਤਾਂ ਕਿੱਡੀ ਵੱਡੀ ਠੋਕਰ ਪਈ ਕਿ ਅਸੀਂ ਜੇ ਰਬਾਬੀਏ ਕੀਰਤਨ ਨਾ ਕਰੀਏ ਤੇ ਗੁਰੂ ਰਾਮਦਾਸ ਦੇ ਦਰ ਨੂੰ, ਗੁਰੂ ਨਾਨਕ ਦੇ ਦਰ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਸੀ ਹੋਣਾ। ਜੇ ਅਸੀਂ ਕੀਰਤਨ ਕੀਤਾ ਤਾਂ ਹੀ ਗੁਰੂ ਘਰ ਦੀ ਪੁੱਛ ਹੋਈ ਹੈ ਜੀ। ਅਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਹਿਜੇ ਬਚਨ, ਕਿਉਂਕਿ ਗੁਰੂ ਕਦੀ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ, ਉਹ ਗੁਰੂ ਹੀ ਕਹਦਾ ਜਿਹੜਾ ਸ਼ਰਾਪ ਦੇਵੇ ਵਰ ਦੇਵੇ ਬਈ ਨਹੀਂ ਨਹੀਂ ਨਹੀਂ। ਇਹ ਤੇ ਸਹਿਜ ਸੁਭਾਏ ਬਚਨ ਨਿਕਲਦੇ ਨੇ ਸਹਿਜੇ ਹੀ। ਜਦੋਂ ਗੁਰੂ ਰਾਮਦਾਸ ਜੀ ਦੀ ਨਿੰਦਿਆ ਸੁਣੀ ਨਾ ਕੰਨਾਂ ਦੇ ਰਾਹੀਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁੱਖੋਂ ਸਹਿਜੇ ਬਚਨ ਨਿਕਲਿਆ। ਔਰ ਮੈਂ ਕਈ ਵਾਰੀ ਸੋਚਦਾ ਇਹ ਬਚਨ ਜੇ ਕਿਤੇ ਗੁਰੂ ਅਰਜਨ ਦੇਵ ਪਾਤਸ਼ਾਹ ਨਾ ਨਾ ਕਰਦੇ ਤੇ ਇਹ ਕੀਰਤਨ ਦੀ ਦਾਤ ਸਾਡੇ ਵਰਗਿਆਂ ਦੀ ਝੋਲੀ ਵੀ ਨਾ ਪੈਂਦੀ। ਮਹਾਰਾਜ ਨੇ ਵਿਧੀ ਆਪ ਬਣਾਈ, ਕਾਰਨ ਵੀ ਉਹ ਨੇ, ਕਰਤਾ ਵੀ ਉਹ ਨੇ ਹੈ ਜੀ। ਕਾਰਨ ਵੀ ਉਹ ਨੇ, ਕਰਨ ਵਾਲੇ ਵੀ ਉਹ, ਕਰਤਾ ਵੀ ਉਹ ਹੀ ਨੇ। ਉਹ ਕਾਰਨ ਦਾ ਜਿਹੜਾ ਮੁੱਢ ਬੰਨਣ ਵਾਲੇ ਵੀ ਉਹ ਹੀ ਸਾਹਿਬ ਨੇ ਹੈ ਜੀ। ਹੁਣ ਜਦੋਂ ਗੁਰੂ ਰਾਮਦਾਸ ਜੀ ਦੀ ਨਿੰਦਿਆ ਸੁਣੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁੱਖੋਂ ਸਹਿਜੇ ਬਚਨ ਨਿਕਲਿਆ, ਕਹਿੰਦੇ ਜਾਓ ਕੋੜੀਓ ਸਾਨੂੰ ਜਿੰਨਾ ਮਰਜ਼ੀ ਬੁਰਾ ਭਲਾ ਕਹਿ ਲੈਂਦੇ ਪਰ ਤੁਸੀਂ ਗੁਰੂ ਰਾਮਦਾਸ ਦੀ ਨਿੰਦਿਆ ਕੀਤੀ, ਫਿੱਟ ਜਾਓਗੇ, ਤੁਹਾਨੂੰ ਕੋਈ ਮੂੰਹ ਨਹੀਂ ਲਾਏਗਾ ਹੈ ਜੀ। ਉਹੋ ਹੀ ਭਾਈ ਸੱਤਾ ਜੀ, ਭਾਈ ਬਲਵੰਡ ਜੀ ਕੋਈ ਰਾਗ ਵਿਦਿਆ ਥੋੜ੍ਹੀ ਭੁੱਲ ਗਈ, ਕੋਈ ਗੁਰਬਾਣੀ ਜਿਹੜੀ ਕੰਠ ਕੀਤੀ ਉਹ ਥੋੜ੍ਹੀ ਭੁੱਲੀ, ਬਸ ਗੁਰੂ ਜੀ ਨੇ ਉਹ ਰਸਨਾ 'ਚੋਂ ਰਸ ਖਿੱਚ ਲਿਆ। ਜਿਹੜੇ ਲੋਕ ਕਿ ਕੀਰਤਨ ਸੁਣਨ ਲਈ ਦਿਵਾਨੇ ਹੁੰਦੇ ਸੀ ਹੁਣ ਮੂੰਹ ਮੋੜ ਕੇ ਪਿੱਛੇ ਹੋ ਜਾਂਦੇ ਨੇ, ਆਖੋ ਧੰਨ ਗੁਰੂ ਰਾਮਦਾਸ ਜੀ, ਸਾਰੇ ਪਿੱਛੇ ਹੋ ਜਾਂਦੇ, ਗੁਰੂ ਘਰ ਦੇ ਦੁਖੀ ਆ ਗਏ ਨੇ। ਇਹ ਤੇ ਫਿਰ ਭਾਈ ਲੱਦਾ ਜੀ ਪਰ ਉਪਕਾਰੀ ਵਿਚੋਲੇ ਪੈ ਗਏ, ਵਿਚੋਲੇ। ਵੇਖੋ ਕੌਣ ਹੈ ਜਿਹੜਾ ਆਪਣਾ ਮੂੰਹ ਦੂਜਿਆਂ ਲਈ ਕਾਲਾ ਕਰਵਾਵੇ, ਕਾਲਾ ਤੇ ਉਹੀ ਕਰਵਾਉਂਦਾ ਮੂੰਹ ਆਪਣਾ ਦੂਜਿਆਂ ਦੇ ਲਈ ਜਿਹੜਾ ਬ੍ਰਹਮ ਗਿਆਨੀ ਹੈ, ਜਿਹਦੇ ਅੰਦਰ ਪਰ ਉਪਕਾਰ ਕਰਨ ਦਾ ਉਮਾਹਾ ਗੁਰੂ ਨੇ ਪਾਇਆ ਹੋਇਆ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਦੂਜਿਆਂ ਦੇ ਲਈ ਮਰਦਾ ਕੌਣ ਹੈ, ਦੂਜਿਆਂ ਲਈ ਜਾਨ ਕੌਣ ਦਿੰਦਾ, ਜਾਨ ਤੇ ਉਹੋ ਹੀ ਦਿੰਦਾ ਪਿਆਰਿਓ ਜਿਹਦੇ ਅੰਦਰ ਭਲਿਆਈ ਛੁਪੀ ਹੈ, ਜਿਹੜਾ ਆਪ ਬ੍ਰਹਮ ਗਿਆਨੀ ਹੈ, ਜਿਹਦੇ ਨਾਲ ਆਪ ਗੁਰੂ ਸਾਹਿਬ ਵੱਸਦੇ ਨੇ, ਤੇ ਜਾਂ ਇਉਂ ਕਹਿ ਲਓ ਜਿਹੜੇ ਬੰਦਗੀ ਕਰ ਕਰਕੇ ਗੁਰੂ ਦਾ ਨਾਮ ਜਪ ਜਪ ਕੇ ਗੁਰੂ ਦਾ ਹੀ ਰੂਪ ਬਣ ਚੁੱਕੇ ਨੇ, ਉਹੀ ਆਹ ਕੰਮ ਕਰ ਸਕਦੇ, ਦੂਜਾ ਨਹੀਂ ਕੋਈ ਕਰ ਸਕਦਾ। ਮਹਾਰਾਜ ਨੇ ਬਚਨ ਕੀਤਾ ਸੀ ਜਿਹੜਾ ਸਿਫਾਰਿਸ਼ ਲਿਆਏਗਾ ਇਹਨਾਂ ਦੀ ਮੂੰਹ ਕਾਲਾ ਕਰਨਾ, ਖੋਤੇ 'ਤੇ ਭਾਉਣਾ। ਇਹਨਾਂ ਨੇ ਪਹਿਲੇ ਹੀ ਮੂੰਹ ਕਾਲਾ ਕਰ ਲਿਆ, ਖੋਤੇ 'ਤੇ ਬੈਠੇ, ਸਾਰੇ ਨਗਰ ਦਾ ਚੱਕਰ ਲਾਇਆ, ਲੋਕ ਤਮਾਸ਼ਾ ਵੇਖਦੇ ਨੇ, ਪਿੱਛੇ ਪਿੱਛੇ ਬੱਚੇ ਭੱਜਦੇ ਨੇ ਹੱਸਦੇ। ਇਹ ਬ੍ਰਹਮ ਗਿਆਨੀ ਨੂੰ ਕੋਈ ਪਰਵਾਹ ਹੀ ਨਹੀਂ, ਕੋਈ ਨਹੀਂ, ਮੈਂ ਤਾਂ ਭਲਾ ਕਰਨਾ। ਅਤੇ ਹੁਣ ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਆਏ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ, ਮਹਾਰਾਜ ਕਹਿੰਦੇ ਭਾਈ ਲੱਦਾ ਜੀ ਕੀ ਹਾਲ ਬਣਾਇਆ ਜੇ, ਮੂੰਹ ਕਿਉਂ ਕਾਲਾ ਕੀਤਾ? ਮਹਾਰਾਜ ਤੁਸੀਂ ਕਿਹਾ ਸੀ ਜਿਹੜਾ ਇਹਨਾਂ ਦੀ ਸਿਫਾਰਿਸ਼ ਲਿਆਏਗਾ ਉਹਦਾ ਇਹ ਹਾਲ ਕਰਨਾ, ਮੈਂ ਆਪਣਾ ਇਹ ਹਾਲ ਪਹਿਲਾਂ ਹੀ ਕਰਕੇ ਆਇਆ। ਮਹਾਰਾਜ ਕਹਿੰਦੇ ਕੀ ਚਾਹੁੰਦੇ ਹੋ? ਸਤਿਗੁਰੂ ਇਹਨਾਂ ਨੂੰ ਬਖਸ਼ ਦਿਓ। ਅਤੇ ਮਹਾਰਾਜ ਦੇ ਮੁੱਖੋਂ ਬਚਨ ਨਿਕਲਿਆ ਸੀ ਇਹ ਬਖਸ਼ਣ ਯੋਗ ਤਾਂ ਨਹੀਂ ਸਨ ਪਰ ਤੁਸੀਂ ਵਿਚੋਲੇ ਬਣ ਕੇ ਆਏ ਹੋ, ਜਾਓ ਤੁਹਾਡੇ ਸਦਕਾ ਬਖਸ਼ਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਕਈ ਕਹਿੰਦੇ ਜੀ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਦੀ ਲੋੜ ਨਹੀਂ, ਝੂਠ ਬੋਲਦੇ ਨੇ। ਕਿਉਂ ਨਹੀਂ ਲੋੜ?
ਕੋਈ ਤੇ ਚਾਹੀਦਾ ਇਹੋ ਜਿਹਾ ਵਿਚੋਲਾ ਜਿਹੜੀ ਸਾਡੀ ਵੀ ਸਿਫਾਰਿਸ਼ ਜਿਹੜਾ ਕਰ ਦੇਵੇ, ਜਿਹੜਾ ਸਾਡੀ ਵੀ ਅਰਜ਼ੀ ਅੱਗੇ ਭੇਜ ਦੇਵੇ, ਚਾਹੀਦਾ ਕੋਈ ਉਹ ਵਿਚੋਲਾ। ਸੁਣਿਓ ਮਹਾਰਾਜ ਕਹਿੰਦੇ ਬਖਸ਼ਣ ਯੋਗ ਨਹੀਂ ਸਨ ਪਰ ਤੁਹਾਡੇ ਸਦਕਾ ਬਖਸ਼ਿਆ, ਅਜੇ ਵੀ ਹੱਥ ਜੋੜੀ ਖਲੋਤੇ ਨੇ। ਮਹਾਰਾਜ ਇੱਕ ਕਿਰਪਾ ਹੋਰ ਕਰ ਦਿਓ ਨਾ। ਸਾਹਿਬ ਕਹਿੰਦੇ ਜੀ ਦੱਸੋ ਸਤਿਗੁਰੂ ਜਿੱਥੇ ਬਖਸ਼ਿਆ ਜੇ ਉੱਥੇ ਆ ਜਿਹੜਾ ਸਰੀਰ ਕੋੜੀ ਹੋਇਆ ਨਾ, ਇਹਨਾਂ ਦਾ ਕੋੜ ਵੀ ਦੂਰ ਹੋ ਜੇ, ਉਹ ਵੀ ਕਿਰਪਾ ਕਰੋ। ਅਤੇ ਸਤਿਗੁਰੂ ਕਹਿੰਦੇ ਜਿਹੜੀ ਜ਼ੁਬਾਨ ਦੇ ਨਾਲ ਗੁਰੂ ਦੀ ਨਿੰਦਿਆ ਕੀਤੀ ਹੈ ਨਾ, ਉਹੋ ਹੀ ਰਸਨਾ ਦੇ ਨਾਲ ਗੁਰੂ ਰਾਮਦਾਸ ਦੀਆਂ ਵਡਿਆਈਆਂ ਕਰਨ। ਜਿਉਂ ਜਿਉਂ ਵਡਿਆਈਆਂ ਕਰਨਗੇ ਤਿਉਂ ਤਿਉਂ ਸਰੀਰ ਦਾ ਕੋੜ ਦੂਰ ਹੁੰਦਾ ਜਾਏਗਾ। ਅਤੇ ਫਿਰ ਵਡਿਆਈਆਂ ਕੀਤੀਆਂ, ਆ ਜਦੋਂ ਸ਼ਬਦ ਪੜ੍ਹਦੇ ਹੋ ਨਾ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ, ਤੇ ਉਹਨਾਂ ਨੇ ਫਿਰ ਵਡਿਆਈਆਂ ਕੀਤੀਆਂ। ਭਾਵਨਾ ਨਾਲ ਪੜ੍ਹਿਆ ਕਰੋ ਸ਼ਬਦ, ਇਹ ਸ਼ਬਦ ਦੇ ਵਿੱਚ ਏਡੀ ਤਾਕਤ ਹੈ। ਮੰਨ ਲਓ ਤੁਹਾਡੇ ਘਰ 'ਚੋਂ ਗਰੀਬੀ ਨਹੀਂ ਜਾਂਦੀ, ਸਰੀਰਕ ਕਸ਼ਟ ਨਹੀਂ ਜਾਂਦੇ, ਕੋਈ ਹੋਰ ਪ੍ਰੋਬਲਮ ਨਹੀਂ ਨਾ ਜਾਂਦੀ, ਬਸ ਆਹੀ ਪੜ੍ਹਨਾ ਸ਼ੁਰੂ ਕਰ ਦਿਆ ਕਰੋ। ਜੋ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਪੜ੍ਹਿਆ, ਅਤੇ ਕਿੱਡੀ ਹੈਰਾਨਗੀ ਦੀ ਗੱਲ ਹੈ, ਇਤਿਹਾਸ ਸਾਡੇ ਸਾਹਮਣੇ। ਇਹ ਸ਼ਬਦ ਪੜ੍ਹਨ ਦਾ ਸਦਕਾ ਜਿੱਥੇ ਤਨ ਦਾ ਕੋੜ ਰਾਜੀ ਹੋਇਆ, ਉੱਥੇ ਮਨ ਕਰਕੇ ਵੀ ਅਰੋਗ ਹੋਏ। ਅਤੇ ਇਹੋ ਜਿਹੀ ਕਿਰਪਾ ਸਤਿਗੁਰਾਂ ਨੇ ਵਰਤਾਈ, ਉਹ ਜਿਹਨੂੰ ਕਿਸੇ ਨੇ ਮੂੰਹ ਨਹੀਂ ਸੀ ਲਾਉਣਾ, ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਦੇ ਦਿੱਤਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇੱਕ ਮਿੰਟ ਲਾਇਓ ਹਾਜ਼ਰੀ, ਚੌਂਕੜੇ ਮਾਰੋ, ਜਿਹਨਾਂ ਦੀ ਸਿਹਤ ਰਾਜੀ ਹੈ ਚੌਂਕੜੇ ਮਾਰ ਲਓ, ਨੇਤਰ ਕਰੋ ਬੰਦ, ਧਿਆਨ ਧਰੋ ਗੁਰੂ ਰਾਮਦਾਸ ਦੇ ਚਰਨਾਂ ਦਾ। ਇਹ ਪਿਆਰ ਦੇ ਵਿੱਚ ਭਾਈ ਸੱਤਾ ਜੀ, ਭਾਈ ਬਲਵੰਡ ਜੀ ਦੀ ਰਸਨਾ ਤੋਂ ਨਿਕਲੇ ਬੋਲ ਨੇ, ਪੜ੍ਹੋ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਤਿਨੈ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ। ਗੁਰੂ ਰਾਮਦਾਸ, ਧੰਨ ਸੋ ਤੇਰਾ ਥਾਨ ਹੈ। ਸਾਰੇ ਬੋਲੋ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ। ਇੱਦਾਂ ਕਿਹਾ ਕਰੋ ਪਿਆਰ ਨਾਲ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਦੇਖੋ ਇਹ ਸ਼ਬਦ ਵਿੱਚ ਬੜੀ ਪਾਵਰ ਹੈ। ਮਨ ਦੇ ਕੋੜ ਨਹੀਂ ਨਾ ਰਾਜੀ ਹੁੰਦੇ, ਮੰਨ ਲਓ ਸਰੀਰਕ ਤੌਰ 'ਤੇ ਅਸੀਂ ਰਾਜੀ ਹਾਂ, ਪਰ ਮਨ ਨੂੰ ਤਾਂ ਕੋੜ ਲੱਗੇ ਨੇ ਨਾ, ਕਿਤੇ ਵਿਕਾਰਾਂ ਦੇ ਲੱਗੇ ਨੇ, ਕਿਤੇ ਹੰਕਾਰ ਦੇ ਲੱਗੇ ਨੇ, ਕਿਤੇ ਮੈਂ ਮੇਰੀ ਦੇ, ਮੇਰੇ ਵਰਗਾ ਹੈ ਹੀ ਕੋਈ ਨਹੀਂ, ਕੋੜ 'ਤੇ ਲੱਗੇ ਨੇ। ਇਹ ਸ਼ਬਦ ਰੋਜ਼ ਪੜ੍ਹਿਆ ਕਰੋ, ਤਨ ਦੇ ਕੋੜ ਵੀ ਰਾਜੀ ਹੋਣਗੇ, ਤਨ ਦੇ ਰੋਗ ਵੀ ਰਾਜੀ ਹੋਣਗੇ, ਮਨ ਕਰਕੇ ਵੀ ਅਰੋਗੀ ਬਣਦੇ ਜਾਓਗੇ। ਦਸਤਾਰ ਸਜਾਉਂਦੇ ਹੋ ਨਾ ਵੀਰੋ, ਇਹ ਸ਼ਬਦ ਪੜ੍ਹੀ ਜਾਇਆ ਕਰੋ। ਭੈਣੋ ਘਰ ਦਾ ਕੰਮ ਕਰਦੀਆਂ ਜੇ ਨਾ, ਸ਼ਬਦ ਪੜ੍ਹੀ ਜਾਇਆ ਕਰੋ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਂਦਿਆਂ ਜਾਂਦੇ, ਸ਼ਬਦ ਪੜ੍ਹੀ ਜਾਇਆ ਕਰੋ, ਬੜੀ ਤਾਕਤ ਹੈ ਸ਼ਬਦ ਵਿੱਚ। ਤਾਂ ਖੈਰ ਜਿਹੜੀ ਮੈਂ ਅਰਜ਼ ਕਰ ਰਿਹਾ ਸਾਂ, ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਮਾਰ ਕਦੋਂ ਖਾਧੀ? ਜਦੋਂ ਇਹ ਸਮਝਿਆ ਕਿ ਅਸੀਂ ਗੁਰੂ ਕਰਕੇ ਨਹੀਂ ਹਾਂ, ਗੁਰੂ ਜੀ ਸਾਡੇ ਕਰਕੇ ਨੇ, ਉੱਥੇ ਫਿਰ ਮਾਰ ਪਈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਕਦੀ ਵੀ ਨਹੀਂ ਭੁੱਲਣਾ, ਇਹ ਨਹੀਂ ਕਿ ਸਾਡੇ ਕਰਕੇ ਪਰਮਾਤਮਾ ਹੈ, ਨਹੀਂ, ਪਰਮਾਤਮਾ ਦੇ ਕਰਕੇ ਅਸੀਂ ਹਾਂ। ਆ ਸਾਹ ਜਿਹੜੇ ਚੱਲ ਰਹੇ ਨੇ ਸਾਡੇ ਕਾਰਨ ਥੋੜ੍ਹੀ ਚੱਲ ਰਹੇ ਨੇ, ਇਹ ਉਹਦੇ ਕਾਰਨ ਚੱਲ ਰਹੇ ਨੇ।
ਸਾਹ ਦੇਣ ਵਾਲਾ ਵੀ ਉਹ, ਸਾਹ ਲੈਣ ਵਾਲਾ ਵੀ ਉਹ। ਅੰਦਰ ਬਹਿ ਕੇ ਜਿਹੜਾ ਸਾਹ ਲੈ ਰਿਹਾ ਨਾ, ਆ ਜਾ ਰਹੇ ਨੇ ਸਾਹ, ਇਹ ਵੀ ਉਹਦੀ ਕਿਰਪਾ ਹੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੱਚਾਈ ਏ, ਆ ਦਿਲ ਦੀ ਧੜਕਣ ਜਿਹੜੀ ਧੜਕ ਰਹੀ ਹੈ ਨਾ, ਇਹ ਵੀ ਉਹਦੀ ਕਿਰਪਾ ਨਾਲ ਹੀ ਦਿਲ ਧੜਕਦਾ ਹੈ। ਹਰ ਚੀਜ਼ ਦਾ ਕਾਰਨ ਵੀ ਉਹ ਹੈ, ਹਰ ਚੀਜ਼ ਦਾ ਕਰਤਾ ਵੀ ਉਹ ਹੈ। ਤੇ ਸੱਚੀ ਗੱਲ ਏ, ਜਦੋਂ ਅਸੀਂ ਨਿਮਰਤਾ ਚ ਅਰਦਾਸ ਚ ਜੁੜਦੇ ਹਾਂ ਨਾ, ਨਿਮਰਤਾ ਚ ਹਉਮੈ ਦੇ ਵਿੱਚ ਤੇ ਆਪਣੀ ਬੁੱਧੀ ਆ ਜਾਂਦੀ, ਜਦੋਂ ਨਿਮਰਤਾ ਦੇ ਵਿੱਚ ਅਰਦਾਸ ਚ ਜੁੜਦੇ ਹਾਂ ਨਾ, ਸੱਚਾਈ ਏ, ਉਹ ਅਰਦਾਸ ਕਰਨ ਵਾਲਾ ਵੀ ਕੋਈ ਹੋਰ ਨਹੀਂ ਹੁੰਦਾ, ਅਰਦਾਸ ਕਰਨ ਵਾਲਾ ਵੀ ਉਹ ਹੀ ਹੁੰਦਾ। ਉਸ ਵੇਲੇ ਨਿਮਰਤਾ ਦੇ ਵਿੱਚ ਜਿਹੜੀ ਅਰਦਾਸ ਹੁੰਦੀ, ਨਿਮਰਤਾ ਦੇ ਵਿੱਚ ਕੀਤੀ ਹੋਈ ਅਰਦਾਸ ਤੁਸੀਂ ਨਹੀਂ ਕਰਦੇ, ਉਹ ਆਪ ਹੀ ਕਰਦਾ। ਤੇ ਉਹ ਅਰਦਾਸ ਨੂੰ ਕਬੂਲ ਕਰਨ ਵਾਲਾ ਵੀ ਹੋਰ ਕੋਈ ਨਹੀਂ ਹੁੰਦਾ, ਅਰਦਾਸ ਕਰਨ ਵਾਲਾ ਵੀ ਉਹ ਤੇ ਅਰਦਾਸ ਨੂੰ ਕਬੂਲ ਕਰਨ ਵਾਲਾ ਵੀ ਉਹੀ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਮੇਰੀ ਬੇਨਤੀ, ਜਿੰਨਾ ਜ਼ੋਰ ਲਾ ਸਕਦੇ ਹੋ ਲਾ ਦਿਓ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਾਂਗੇ, ਸੁਣਿਓ ਧਿਆਨ ਨਾਲ। ਰੋਜ਼ਾਨਾ ਆਪਣੇ ਆਪ ਲਈ ਸਮਾਂ ਜ਼ਰੂਰ ਕੱਢਿਆ ਕਰੋ। ਅਸੀਂ ਦੂਜਿਆਂ ਲਈ ਸਮਾਂ ਕੱਢਦੇ ਹਾਂ, ਕਾਰ ਵਿਹਾਰ ਲਈ ਸਮਾਂ ਕੱਢਦੇ ਹਾਂ, ਪਰ ਆਪਣੇ ਲਈ ਵੀ ਜ਼ਰੂਰ ਸਮਾਂ ਕੱਢਿਆ ਕਰੋ। ਅੰਮ੍ਰਿਤ ਵੇਲੇ ਇੱਕ ਡੇਢ ਘੰਟਾ ਆਪਣੇ ਲਈ ਕੱਢੋ ਸਮਾਂ, ਉਦੋਂ ਅੱਖਾਂ ਬੰਦ ਕਰਕੇ ਬਹਿ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਉਸ ਵੇਲੇ ਦੂਜਿਆਂ ਨੂੰ ਭੁੱਲ ਜਾਣਾ, ਕੌਣ ਕੀ ਕਰਦਾ, ਕੌਣ ਮੇਰਾ ਰਿਸ਼ਤੇਦਾਰ ਹੈ, ਕੌਣ ਮੇਰਾ ਦੁਸ਼ਮਣ ਹੈ, ਕੌਣ ਮੇਰਾ ਸਾਖ ਸੰਬੰਧੀ ਹੈ, ਕੌਣ ਮੇਰਾ ਭਰਾ ਹੈ, ਕੌਣ ਮੇਰੀ ਭੈਣ, ਸਭ ਚੀਜ਼ਾਂ ਭੁੱਲ ਜਾਣੀਆਂ। ਮੈਂ ਕੌਣ ਹਾਂ, ਮੈਂ ਕੀ ਕੰਮ ਕਰਦਾ, ਸਭ ਚੀਜ਼ਾਂ ਭੁੱਲ ਕੇ ਸਵੇਰੇ ਅੰਮ੍ਰਿਤ ਵੇਲੇ ਇੱਕ ਡੇਢ ਘੰਟਾ ਅੱਖਾਂ ਬੰਦ ਕਰਕੇ ਬਹਿ ਜਾਇਆ ਕਰੋ। ਉਹ ਪਿਆਰੇ, ਉਹ 24 ਘੰਟਿਆਂ ਦੇ ਵਿੱਚੋਂ ਬਾਕੀ ਦਾ ਜਿੰਨਾ ਸਮਾਂ ਹੈ ਨਾ, 22 ਘੰਟੇ ਦਾ, 22.5 ਘੰਟੇ ਦਾ ਸੰਸਾਰ ਨੂੰ ਦਿਓ, ਦੁਕਾਨਾਂ ਨੂੰ ਦਿਓ, ਕਾਰੋਬਾਰ ਨੂੰ ਦਿਓ, ਬੱਚਿਆਂ ਨੂੰ ਦਿਓ, ਬਾਜ਼ਾਰਾਂ ਦੇ ਵਿੱਚੋਂ ਜਿਹੜੀ ਸ਼ੋਪਿੰਗ ਕਰਨੀ ਕਰੋ। ਪਰ ਪਿਆਰਿਓ, ਇਹ ਇੱਕ ਡੇਢ ਘੰਟੇ ਦਾ ਸਮਾਂ, ਉਹਨਾਂ ਤੇ ਮਹਾਂਪੁਰਖਾਂ ਦਾ ਬਚਨ 2.5 ਘੰਟੇ ਦਾ ਸਮਾਂ ਗੁਰੂ ਦੇ ਲੇਖੇ ਲਾਉਣਾ ਹੀ ਲਾਉਣਾ, ਲਾਉਣਾ ਹੀ ਲਾਉਣਾ, ਰੋਜ਼ ਰੋਜ਼ਾਨਾ ਇਹ ਸਮਾਂ ਦੇਣਾ ਹੀ ਦੇਣਾ। ਉਦੋਂ ਤੁਸੀਂ ਤੇ ਤੁਹਾਡੇ ਗੁਰੂ ਪਿਤਾ ਜੀ ਕੋਈ ਹੋਰ ਨਾ ਹੋਵੇ, ਤੁਸੀਂ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕੋਈ ਹੋਰ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਪਿਆਰਿਓ, ਅਸੀਂ ਇੰਨਾ ਵੀ ਹੱਕ ਨਹੀਂ ਰੱਖਦੇ ਆਪਣੇ ਉੱਪਰ ਕਿ ਆਪਣੇ ਲਈ 2-2.5 ਘੰਟੇ ਦਾ ਸਮਾਂ ਰੋਜ਼ ਕੱਢੀਏ। ਤੁਸੀਂ ਰੋਜ਼ 2-2.5 ਘੰਟੇ ਦਾ ਸਮਾਂ ਆਪਣੇ ਲਈ ਜ਼ਰੂਰ ਕੱਢੋ। ਬਾਬਾ ਨੰਦ ਸਿੰਘ ਜੀ ਹਿੱਕ 'ਤੇ ਹੱਥ ਮਾਰ ਕੇ ਕਹਿੰਦੇ ਸੀ, ਕਹਿੰਦੇ ਤੂੰ 2-2.5 ਘੰਟੇ ਦਾ ਨਿਤਨੇਮ ਨਾ ਛੱਡੀ, ਜਾਮਨ ਜਾਮਨ ਜਾਮਣ ਹੀ ਦਿੰਦੇ ਸੀ। ਹੁਣ ਤੁਸੀਂ ਕਿਤੋਂ ਲੋਨ ਲੈਣਾ ਹੋਵੇ, ਬੈਂਕ 'ਚੋਂ 20 ਲੱਖ ਦਾ ਲੋਨ ਲੈਣਾ, ਮੰਨ ਲਓ, ਕਈ ਵਾਰੀ ਕਹਿੰਦੇ ਨਾ ਬੈਂਕ ਵਾਲੇ, ਗਰੰਟੀ ਦਵਾਓ ਜੀ, ਕਿਹਦੀ ਗਰੰਟੀ ਪੈਣੀ, ਕਿਹਦੇ ਕਾਗਜ਼ ਲੱਗਣੇ ਨੇ, ਗਰੰਟੀ ਜਿਹੜਾ ਦਿੰਦਾ ਉਹਨੂੰ ਬੁਲਾਇਆ ਜਾਂਦਾ, ਉਹਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ, ਉਹਦੇ ਸਾਈਨ, ਉਹਦੀ ਸਾਰੀ ਜਾਇਦਾਦ ਵੇਖੀ ਜਾਂਦੀ, ਬੈਂਕ ਦੀ ਰੁਟੀਨ, ਬੈਂਕ ਬੈਲੈਂਸ ਵੇਖਿਆ ਜਾਂਦਾ। ਹੁਣ 20 ਲੱਖ ਤੁਸੀਂ ਲੋਨ ਲੈਣਾ ਹੈ, ਅਤੇ ਜਿਹੜਾ ਤੁਹਾਡੀ ਗਰੰਟੀ ਪਾਏਗਾ ਉਹ 1 ਕਰੋੜ ਦਾ ਮਾਲਕ ਹੋਏਗਾ, ਤਾਂ ਹੀ ਗਰੰਟੀ ਪਾਏਗਾ ਨਾ। 20 ਲੱਖ ਤੁਸੀਂ ਲੋਨ ਲੈ ਰਹੇ, ਗਰੰਟੀ ਉਹਦੀ ਤੁਸੀਂ ਪਵਾ ਹੀ ਨਹੀਂ ਸਕਦੇ ਜਿਹਦੇ ਕੋਲ 50,000 ਰੁਪਈਆ, ਉਹਦੀ ਨਹੀਂ ਪਏਗੀ ਗਰੰਟੀ, ਗਰੰਟੀ ਉਹਦੀ ਪੈਣੀ ਜਿਹਦੇ ਕੋਲ 1-1.5 ਕਰੋੜ ਜੁੜਿਆ ਹੋਇਆ। ਅਤੇ ਬਾਬਾ ਨੰਦ ਸਿੰਘ ਜੀ ਕੋਲ ਕਿੱਡਾ ਤਗੜਾ ਖਜ਼ਾਨਾ ਹੋਏਗਾ, ਗਰੰਟੀ ਪਾ ਕੇ ਕਹਿ ਰਹੇ।
ਕਹਿੰਦੇ ਤੂੰ 2.5 ਘੰਟੇ ਦਾ ਨਿਤਨੇਮ ਨਾ ਛੱਡੀ, ਜੰਮ ਨਾ, ਉਹ ਗੁਰੂ ਨਾਨਕ ਗੁਰੂ ਰਾਮਦਾਸ ਤੇਰੀ ਬਾਂਹ ਨਹੀਂ ਛੱਡੇਗਾ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਆਪਣੇ ਲਈ ਸਮਾਂ ਜ਼ਰੂਰ ਕੱਢਿਆ ਕਰੋ, ਥੋੜ੍ਹੇ ਤੋਂ ਸ਼ੁਰੂਆਤ ਕਰ ਲਓ, ਪਰ ਕੱਢੋ ਜ਼ਰੂਰ ਆਪਣੇ ਲਈ ਟਾਈਮ, ਜ਼ਰੂਰ ਕੱਢੋ।